ਸਰਹੱਦੀ ਏਰੀਆ ਖੇਮਕਰਨ ਦੇ ਨਜ਼ਦੀਕ ਪੈਂਦੇ ਕਸਬਾ ਅਮਰਕੋਟ ਵਿੱਚ ਕਰਫਿਊ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ। ਬੇਸ਼ੱਕ ਹਲ ਸਰਕਾਰ ਵੱਲੋਂ ਲੋਕਾਂ ਨੂੰ ਕੱਲ੍ਹ ਲੋਕਡਾਊਨ ਕਰਕੇ ਰਾਹਤ ਦਿੱਤੀ ਗਈ ਸੀ, ਪਰ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਕੱਲ੍ਹ ਬਾਅਦ ਦੁਪਹਿਰ ਤੋਂ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਮੁੱਚੇ ਭਾਰਤ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ। ਦੱਸਦੇ ਚੱਲਦਿਆਂ ਸਮੁੱਚੇ ਭਾਰਤ ਵਿੱਚ ਸੰਨਾਟਾ ਛਾਇਆ ਹੋਇਆ। ਲੋਕ ਆਪਣੇ ਕੰਮਾਂ ਕਾਰਾਂ ਅਤੇ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਵਿੱਚ ਬੈਠੇ ਹੋਏ ਨੇ। ਸਰਹੱਦੀ ਏਰੀਆ ਖੇਮਕਰਨ ਬਾਰਡਰ ਦੇ ਨਜ਼ਦੀਕ ਪੈਂਦਾ ਕਸਬਾ ਅਮਰਕੋਟ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਵੱਲੋਂ ਜੋ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਚੱਲਦਿਆਂ ਸਮੁੱਚੀਆਂ ਦੁਕਾਨਾਂ ਬੰਦ ਪਈਆਂ ਹੋਈਆਂ ਨੇ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ। ਪੁਲਿਸ ਵੱਲੋਂ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਜਾ ਰਹੀ ਹੈ। ਕੱਲ੍ਹ ਬੇਸ਼ੱਕ ਸਰਕਾਰ ਵੱਲੋਂ ਲੋਕਡਾਊਨ ਦੇ ਚੱਲਦਿਆਂ ਕੁਛ ਰਾਹਤ ਲੋਕਾਂ ਨੂੰ ਦਿੱਤੀ ਗਈ ਸੀ ਕਿ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਆ ਸਕਦੇ ਨੇ ਅਤੇ ਕੁਝ ਆਪਣੀ ਜ਼ਰੂਰਤਮੰਦ ਚੀਜ਼ਾਂ ਜੋ ਨੇ ਉਹ ਲੈ ਆ ਸਕਦੇ ਨੇ, ਪਰ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਰਫਿਊ ਫਿਰ ਲਾਗੂ ਕਰ ਦਿੱਤਾ ਗਿਆ, ਕਿਉਂਕਿ ਲੋਕਾਂ ਦੀ ਭੀੜ ਜੋ ਕਿ ਇੱਕ ਇਕੱਠ ਦਾ ਰੂਪ ਧਾਰਨ ਕਰਦੀ ਜਾ ਰਹੀ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣੀਆਂ ਡਿਊਟੀਆਂ ਪੂਰੀਆਂ ਤਨਦੇਹੀ ਦੇ ਨਾਲ ਨਿਭਾਈਆਂ ਜਾ ਰਹੀਆਂ ਨੇ। ਹਰੇਕ ਆਉਣ ਜਾਣ ਵਾਲੇ ਰਾਹਗੀਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਰੇਕ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਪਬਲਿਕ ਆਪਣੇ ਘਰਾਂ ਵਿੱਚ ਰਹੇ, ਆਪਣਾ ਮਾਸਕ ਪਾ ਕੇ ਰੱਖੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। ਪਰ ਕੁਝ ਸ਼ਰਾਰਤੀ ਅਨਸਰ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਵੀ ਕਹਿਣੇ ਤੋਂ ਬਾਹਰ ਜਾ ਕੇ ਘਰਾਂ ਵਿੱਚੋਂ ਬਾਹਰ ਆਉਂਦੇ ਨੇ ਅਤੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਨੇ, ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਪ੍ਰਸ਼ਾਸਨ ਵੀ ਅਪੀਲ ਕਰਦਾ ਹੈ ਕਿ ਆਪਣੇ ਘਰਾਂ ਵਿੱਚ ਰਹੋ ਤਾਂ ਜੋ ਇਸ ਭਿਆਨਕ ਬਿਮਾਰੀ ਨਾਲ ਲੜਿਆ ਜਾ ਸਕੇ। ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਆਉਂਦੀਆਂ ਨੇ ਉਸ ਨੂੰ ਮੰਨਿਆ ਜਾਵੇ ਅਤੇ ਜੋ ਵੀ ਹੁਕਮ ਹੁੰਦੇ ਨੇ ਪੰਜਾਬ ਪੁਲਿਸ ਦੇ ਉਸ ਨੂੰ ਤਨਮਨ ਨਾਲ ਲਾਗੂ ਕੀਤਾ ਜਾਵੇ, ਕਿਉਂਕਿ ਇਹ ਬਿਮਾਰੀ ਇੱਕ ਭਿਆਨਕ ਬਿਮਾਰੀ ਹੈ, ਇਸ ਨਾਲ ਲੜਨ ਦੀ ਲੋੜ ਹੈ, ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਜਿਵੇਂ ਕਿ ਪੁਲਿਸ ਅਤੇ ਸਮੁੱਚੇ ਡਿਪਾਰਟਮੈਂਟ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ, ਉਸੇ ਹੀ ਤਰ੍ਹਾਂ ਤੁਸੀਂ ਵੀ ਆਪਣਾ ਸਾਥ ਦਿਓ ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਜਿੱਥੇ ਸਰਕਾਰ ਵੱਲੋਂ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ, ਉੱਥੇ ਥਾਣਾ ਬਲਟੋਹਾ ਦੇ SHO ਅੰਮ੍ਰਿਤਪਾਲ ਸਿੰਘ ਵੱਲੋਂ ਪਿੰਡ ਪਿੰਡ ਅਲੋਸਮੈਂਟ ਅਤੇ ਫਲੈਗ ਮਾਰਚ ਕਰਕੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ ਅਤੇ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਅਤੇ ਸਰਕਾਰ ਵੱਲੋਂ ਆਉਣ ਵਾਲੇ ਹਰੇਕ ਹੁਕਮ ਦੀ ਪਾਲਣਾ ਕਰਨ ਦੀ ਗੱਲ ਆਖੀ ਜਾ ਰਹੀ ਹੈ। ਬਹੁਤ ਜ਼ਿਆਦਾ ਮਤਲਬ ਲੈਕ ਆਫ ਅਵੇਅਰਨੈਸ ਆਪਾਂ ਕਹਿ ਸਕਦੇ ਹਾਂ ਇਲਾਕੇ ਨੂੰ ਜਾਂ ਫਿਰ ਜੋ ਲੋਕਾਂ ਨੂੰ ਪਬਲਿਕ 'ਚ ਲੈਕ ਆਫ ਅਵੇਅਰਨੈਸ ਬਹੁਤ ਜ਼ਿਆਦਾ, ਪਰ ਅਸੀਂ ਬਹੁਤ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਸਪੀਕਰ ਦੁਆਰਾ ਅਨਾਊਂਸਮੈਂਟ ਵੀ ਕਰਵਾ ਕੇ ਗੁਰਦੁਆਰਾ ਸਾਹਿਬ ਜਾ ਕੇ ਅਨਾਊਂਸਮੈਂਟ ਵੀ ਕਰਵਾ ਕੇ ਮੀਡੀਆ ਬਹੁਤ ਸਾਥ ਦੇ ਰਹੀ ਹੈ ਵੀ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ, ਕਿਉਂਕਿ ਇਸ ਬਿਮਾਰੀ ਦਾ ਹਜੇ ਤੱਕ ਹੋਰ ਕੋਈ ਇਲਾਜ ਨਹੀਂ, ਸਿਰਫ ਅਵੇਅਰਨੈਸ ਹੀ ਆਪਣਾ ਇੱਕ ਇਲਾਜ ਹੈ। ਜਿੰਨਾ ਲੋਕ ਘਰ ਰਹਿਣਗੇ, ਅਸੀਂ ਲੋਕਾਂ ਨੂੰ ਹਮੇਸ਼ਾ ਹੀ ਅਪੀਲ ਕਰ ਰਹੇ ਹਾਂ ਵੀ ਜੋ ਜਿੰਨਾ ਚਿਰ ਲੋਕ ਆਪਣੇ ਘਰ ਰਹਿਣਗੇ ਤਾਂ ਸੇਫ ਰਹਿਣਗੇ ਜੀ। ਇਸ ਕਰਫਿਊ ਵਿੱਚ ਸਰ ਕੋਈ ਸਰਕਾਰ ਵੱਲੋਂ ਢਿੱਲ ਦਿੱਤੀ ਜਾ ਰਹੀ ਹੈ ਜੀ? ਨਹੀਂ, ਹਜੇ ਤੱਕ ਸਾਨੂੰ ਕੋਈ ਆਦੇਸ਼ ਨਹੀਂ ਆਇਆ। ਔਰ ਕੋਈ ਰਾਸ਼ਨ ਪਾਣੀ ਕਿਸੇ ਨੂੰ ਮੁਹੱਈਆ ਕਰਾਉਣਾ ਗਰੀਬਾਂ ਨੂੰ, ਕੋਈ ਇਹੋ ਜਿਹਾ ਕੋਈ ਸੰਦੇਸ਼ ਆਇਆ ਹੋਵੇ ਜੀ? ਨਹੀਂ, ਸਾਡੇ ਤੱਕ ਇਸ ਦੇ ਕੋਈ ਸੰਦੇਸ਼ ਨਹੀਂ ਆਇਆ, ਉਡੀਸ ਸਾਹਿਬ ਕਨਫਰਮ ਕਰ ਸਕਦੇ ਜੀ। ਅਮਰਕੋਟ ਤੋਂ ਸੰਦੀਪ ਸ਼ਰਮਾ ਦੀ ਰਿਪੋਰਟ।